देखो जी जिहड़ा इह हादसा होया बहुत माड़ा हादसा आया क्योंकि बच्चे दे बहुत छोटे थे और ड्राइवरी करके अपने परिवार का गुजारा करता सीगा अपने माँ प्यो नूं सांभदा सीगा क्योंकि माँ प्यो का सहारा सीगा ते बच्चे जिहड़े आ बिल्कुल माड़ दे विच रहिंदे आ साडी भरजाई जी भी उत्थे सीगे उहनां दा बेटा भी उत्थे सीगा जदों उह आप लखविंदर सिंह पै गया मझ फड़दा फड़दा मुड़ के मझ भी रुड़ गई आ ते आप भी रुड़ गया ਉਹਨਾਂ ਦਾ ਜਿਹੜਾ ਬੇਟਾ ਉਹਨੇ ਮਗਰੇ ਛਾਲ ਮਾਰਤੀ ਹੈ ਪਿਓ ਨੂੰ ਫੜਨ ਵਾਸਤੇ ਆਕਾਸ਼ਦੀਪ ਨੇ ਉਹਨੇ ਮਗਰੇ ਛਾਲ ਮਾਰੀ ਹੈ ਤੇ ਜਿੱਦਾਂ ਹੀ ਉਹ ਜਾ ਕੇ ਡੇਢ ਕਿਲੋਮੀਟਰ ਥੱਲੇ ਜਾ ਕੇ ਸਪੈਦੇ ਦੇ ਨਾਲ ਲੱਗਾ ਫਿਰ ਉਹਨੂੰ ਤਾਂ ਬਚਾ ਲਿਆ ਗਿਆ ਜਿਹੜਾ ਇੱਕ ਹੋਰ ਤੀਜਾ ਗਵਾਂਢੀ ਸੀਗਾ ਚੰਨਣ ਸਿੰਘ ਚੰਨਾ ਉਹਨੂੰ ਕਹਿੰਦੇ ਆਪਾਂ ਪਿਆਰ ਨਾਲ ਉਹ ਵੀ ਮਗਰ ਪਿਆ ਆ ਉਹ ਵੀ ਜਾ ਕੇ ਕੋਈ ਡੇਢ ਦੋ ਕਿਲੋਮੀਟਰ ਤੇ ਇੱਕ ਮੋਟਰ ਦਾ ਕੋਠਾ ਸੀ ਉਹਦੇ ਉੱਤੇ ਚੜ ਗਿਆ ਉਹ ਵੀ ਬਚ ਗਿਆ ਪਰ ਜਿਹੜਾ ਲਖਵਿੰਦਰ ਸਿੰਘ ਆ ਇਹਦਾ ਕੋਈ ਉਸ ਅਫਸਰ ਨਹੀਂ ਪਤਾ ਲੱਗਾ ਮੁੜ ਕੇ ਅਸੀਂ ਵੀ ਕਿਸ਼ਤੀ ਲੈ ਕੇ ਗਏ ਹਾਂ ਕਾਫੀ ਆਵਾਜ਼ਾਂ ਮਾਰੀਆਂ ਆ ਪਰ ਕਿਸੇ ਨੂੰ ਕੋਈ ਆਵਾਜ਼ ਨਹੀਂ ਅੱਗੋਂ ਦਿੱਤੀ ਤਿੰਨ ਵਾਰ ਉੱਥੇ ਕਿਸ਼ਤੀ ਜਾ ਚੁੱਕੀ ਆ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਬੱਚਿਆਂ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਉਹ ਇਸ ਪਰਿਵਾਰ ਨੂੰ ਵੱਧ ਤੋਂ ਵੱਧ ਮਦਦ ਦਿੱਤੀ ਜਾਵੇ ਕਿਉਂਕਿ ਵੇਖੋ ਜਿਹੜਾ ਇਹ ਪਰਿਵਾਰ ਦਾ ਇੱਕੋ ਇੱਕ ਜੀਅ ਹੁੰਦਾ ਆ ਜਿਹੜਾ ਕਮਾਉਂਦਾ ਆ ਇਹੋ ਹੀ ਇੱਕ ਕਮਾਈ ਦਾ ਸਾਧਨ ਸੀਗਾ ਜਿਹੜਾ ਇਹਨਾਂ ਪਰਿਵਾਰ ਦਾ ਚਲਾ ਗਿਆ ਆ ਔਰ ਸਾਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਔਰ ਕਿਸਾਨ ਜਿਹੜੇ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇਹ ਪੁਰਜੋ ਮੰਗ ਕਰਦੇ ਆ ਕਿ ਜਿਹੜੇ ਇਹਨਾਂ ਨੂੰ ਜਿਹੜਾ ਨਿਆਂ ਦਿੱਤਾ ਜਾਵੇ ਔਰ ਜੋ ਬਣਦਾ ਮੁਆਵਜ਼ਾ ਇਹਨਾਂ ਨੂੰ ਦਿੱਤਾ ਜਾਵੇ ਤੇ ਲਾਸ਼ ਦੀ ਜਿਹੜੀ ਉਹ ਭਾਲ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਅੰਕਲ ਜੀ ਇੱਕ ਲਾਪਤਾ ਹੋਣ ਦੀ ਗੱਲ ਆਖੀ ਜਾ ਰਹੀ ਕੀ ਲੱਗਦਾ ਸੀ ਤੁਹਾਡਾ ਤੇ ਮੇਰਾ ਬੇਟਾ ਸੀ ਜੀ ਵੱਡਾ ਕੀ ਨਾਮ ਸੀ ਉਹਦਾ ਲਖਬੀਰ ਸਿੰਘ ਅੱਛਾ ਅੱਛਾ ਉਰਫ ਲੱਖਾ ਹੀ ਸਾਰੇ ਆਂਦੇ ਸੀ ਹਾਂ ਤੇ ਉਹ ਜਦੋਂ ਮੈਂ ਪਾਣੀ ਆਂਦਾ ਹੈ ਨਹੀਂ ਡੈਡੀ ਅਸੀਂ ਕੋਈ ਗੱਲ ਨਹੀਂ ਆ ਜਾਵਾਂਗੇ ਸਵੇਰੇ ਚੰਗੀ ਆਪਣੀ ਮੌਜ ਨਾਲ ਪਾਣੀ ਨਾ ਕੇ ਸਾਨੂੰ ਦੱਸਿਆ ਵੀ ਪਾਣੀ ਆਉਣਾ ਹੈ ਨਾ ਕੋਈ ਉੱਥੇ ਅਲੋਸਮੈਂਟ ਹੋਈ ਆ ਨਾ ਕੋਈ ਸਾਡੇ ਕੋਲ ਪ੍ਰਸ਼ਾਸਨ ਦਾ ਬੰਦਾ ਨਹੀਂ ਗਿਆ ਸਾਨੂੰ ਕਿਸੇ ਨਹੀਂ ਦੱਸਿਆ ਘਰ ਜਾ ਕੇ ਵੀ ਇਹ ਅਲੋਸਮੈਂਟ ਹੁੰਦੀ ਸਾਨੂੰ ਪਤਾ ਲੱਗ ਜਾਂਦਾ ਸੀ ਨਾ ਉੱਥੇ ਰਾਤ ਰਹਿੰਦੇ ਇਹ ਆਪਣਾ ਸਮਾਨ ਹੀ ਤਾਂ ਕਰਦਿਆਂ ਕਰਦਿਆਂ ਉੱਚਾ ਅਤੇ ਉਹਨੇ ਚਿਰ ਨੂੰ ਪਾਣੀ ਬਹੁਤ ਜ਼ਿਆਦਾ ਆ ਗਿਆ ਉਹਦੀ ਮੱਝ ਖੁੱਲ੍ਹ ਗਈ ਅਤੇ ਮੱਝ ਆਪਣੀ ਫੜਨ ਲੱਗਾ ਅਤੇ ਰੋੜੇ ਪੈ ਗਿਆ ਅਤੇ ਉਹਦਾ ਮੁੰਡਾ ਵਹਿੰਦਾ ਆਕਾਸ਼ਦੀਪ ਉੱਤੋਂ ਦੀ ਜਦੋਂ ਉਹਨੇ ਮੁੰਡੇ ਨੇ ਛਾਲ ਮਾਰ ਕੇ ਆਪਣੇ ਪਿਓ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਪਿਓ ਨੇ ਚਿਰ ਨੂੰ ਰੁੜ ਚੁੱਕਾ ਸੀ ਅਤੇ ਮੁੰਡਾ ਵੀ ਰੋੜੇ ਪੈ ਗਿਆ ਮੁੰਡਾ ਰੋੜੇ ਪੈਂਦਿਆਂ ਪੈਂਦਿਆਂ ਜਾ ਕੇ ਇੱਕ ਸਫੈਦੇ ਨੂੰ ਸਾਹਮਣੇ ਗਿਆ ਅਤੇ ਸਫੈਦੇ ਨੂੰ ਜੱਫਾ ਮਾਰ ਛੱਡਿਆ ਉਹ ਮੁੰਡੇ ਨੂੰ ਵੀ ਦੋ ਘੰਟਿਆਂ ਬਾਅਦ ਬੇੜੀ ਨੇ ਲੋਕਾਂ ਨੂੰ ਰੌਲਾ ਪਾਇਆ ਲੋਕਾਂ ਨੇ ਅਤੇ ਫਿਰ ਮੁੰਡਾ ਦੋ ਘੰਟਿਆਂ ਬਾਅਦ ਉੱਥੋਂ ਕੱਢਿਆ ਅਤੇ ਲਖਵੀਰ ਸਿੰਘ ਅਜੇ ਨਹੀਂ ਲਾਪਤਾ ਅਜੇ ਕੋਈ ਪਤਾ ਨਹੀਂ ਲੱਗ ਰਿਹਾ ਜਦੋਂ ਹਾਦਸਾ ਹੋਇਆ ਕਿ ਕਿੰਨਾ ਸਮਾਂ ਸੀ ਤੁਸੀਂ ਉਦੋਂ ਕਿੱਥੇ 7 ਕੁ ਵਜੇ ਦਾ ਟਾਈਮ ਸੀ ਅਸੀਂ ਬਾਹਰ ਆ ਗਏ ਸਾਂ ਉਦੋਂ ਅਸੀਂ ਬਾਹਰ ਆ ਗਏ ਹਾਂ ਸਵੇਰ ਦਾ 7 ਵਜੇ ਦਾ ਸਵੇਰੇ 7 ਵਜੇ ਆਏ ਠੀਕ ਤੇ ਹੁਣ ਪ੍ਰਸ਼ਾਸਨ ਨੂੰ ਲੋਕੀ ਮਦਦ ਕੀਤੀ ਜਾ ਰਹੀ ਲੱਭਣ ਦੀ ਕਿੱਦਾਂ ਅਜੇ ਕੋਈ ਮਤ ਨਹੀਂ ਗਈ ਹੁਣ ਡਿਪਟੀ ਸਾਹਿਬ ਨੇ ਭੇਜਿਆ ਆਪਣਾ ਮਸ਼ੂਗਾ ਇਹਨਾਂ ਨਾਲ ਵੀ ਫਿਰ ਹੁਣ ਕੱਲ੍ਹ ਦੀਆਂ ਤੇ ਗੱਲਾਂ 7 ਵਜੇ ਕੱਲ੍ਹ ਦੀਆਂ ਤੇ ਬੰਦਾ ਤੇ ਉਤਰ ਨਾਮ ਹੀ ਡੁੱਬੇ ਤੇ ਭੁੱਖਾ ਹੀ ਮਰ ਸਕਦਾ ਇੰਨੇ ਚਿਰ ਨੂੰ ਜਿਹੜੀ ਹਾਲਾਤ ਬਣੇ ਨੇ ਇੱਕ ਜਿਹੜਾ ਨੌਜਵਾਨ 24 ਘੰਟੇ ਹੋ ਗਏ ਲਾਪਤਾ ਪ੍ਰਸ਼ਾਸਨ ਕੱਲ੍ਹ ਤੋਂ ਹੀ ਜਿਹੜੀਆਂ ਸਾਡੀਆਂ ਬੋਟਸ ਜਾ ਰਹੀਆਂ ਹਰ ਬੋਟ ਜਿਹੜੇ ਬੰਦਿਆਂ ਨੂੰ ਐਕੁਏਟ ਕਰ ਰਹੀਆਂ ਨਾਲ ਇਹਦਾ ਵੀ ਧਿਆਨ ਰੱਖ ਰਹੀਆਂ ਕਿ ਜਿਸ ਇਲਾਕੇ 'ਚ ਜਾਂਦੀਆਂ ਉਸ ਇਲਾਕੇ ਦੇ ਵਿੱਚ ਬੰਦਾ ਕਿਤੇ ਸਟੱਕ ਅਪ ਨਾ ਹੋਵੇ ਧਿਆਨ ਰੱਖ ਰਹੀਆਂ ਇਹ ਸਾਡਾ ਜਦੋਂ ਕੱਲ੍ਹ ਤੋਂ ਕੋਈ ਸਫਲ ਸਾਨੂੰ ਇਹਦੇ ਰਿਜ਼ਲਟ ਨਹੀਂ ਮਿਲੇ ਤੇ ਹੁਣ ਅਸੀਂ ਅੱਜ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਡੈਡੀਕੇਟਿਡ ਬੋਰਡ ਦੇ ਵਿੱਚ ਬਿਠਾ ਕੇ ਉਸ ਇਲਾਕੇ ਵਿੱਚ ਭੇਜਿਆ ਵਾ ਜਿੱਥੇ ਉਹਨਾਂ ਨੂੰ ਡਰ ਹੈ ਕਿ ਉੱਥੇ ਫਸਿਆ ਹੋ ਸਕਦਾ ਕਿਉਂਕਿ ਉਸ ਜਦੋਂ ਫਸਿਆ ਸੀ ਉਹਨੇ ਰੁੱਖ ਦੇ ਉੱਤੇ ਚੜਿਆ ਸੀ ਉਸ ਤੋਂ ਬਾਅਦ ਉਹ ਕਿੱਥੇ ਹੈ ਪਤਾ ਨਹੀਂ ਲੱਗਾ ਸੋ ਉਹ ਵਾਪਸ ਆ ਲੈਣ ਤਸੱਲੀ ਕਰ ਲਈਏ ਕਿ ਕੀ ਹੈ ਸਿਚੁਏਸ਼ਨ
उस तो बाद अगला कोर्स ऑफ एक्शन डिसाइड कर रहा हूं। और की कहना चाहते हैं जो हालात बने ने कदों हालात इस ने जी जो सिचुएशन सी कल तो लैके हुण तक असी तुहानू पता ही है कि आर्मी के कॉलम तो जिहड़े कल तो काम कर रहे थे बड़े डेडिकेटेड तरीके दे नाल अज मॉर्निंग तो NDRF की टीम भी ये शामिल हो चुकी है। तो कल रात तकरीबन 11:30 बजे तक असी आर्मी की मदद के नाल 156 बंद ने वेटवेट कर लिया सी। अज सवेर तो लैके आर्मी ने 77 बंदे और NDRF ने 41 बंदे वेकट कर लिया है। सो 225 के तकरीब बंदा असं वेकट कर चुके हैं। तो जेड़े हम लोग पिछे रह गए वो बारे थोड़ी जी मंदभागी गल है वै कि किश्तियाँ 2-3 बारी जाके वापस खाली आ रही हैं कि लोग उन्होंने तैयार ही नहीं है कि साड़ी कंबाइन पई है साड़ा बीए पे है साढ़े यंत्र पे है साढ़े पशु पे है उन्होंने भी समझने की लड़ है कि पहले अपनी जान बचानी उस तो बाद पशुओं का भी करा तो बसीदे लोग फिर भी असं कोशिश कर रहे हैं। ठीक है, थैंक यू।